ਜੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਅਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਹਾਂ ਬਹੁਤ ਹੀ ਜ਼ਿਆਦਾ ਯੂਨੀਕ ਜੀ ਰੈਸਪੀ ਜੋ ਪਹਿਲਾਂ ਤੁਸੀਂ ਕਦੇ ਟਰਾਈ ਨਹੀਂ ਕੀਤੀ ਹੋਣੀ। ਸੋਨ ਰੋਲ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦੇ ਨੇ। ਇੱਕ ਕੱਪ ਲਿਆ ਮੈਦੇ ਦਾ, ਚੀਨੀ ਲਈ ਹੈ ਅਤੇ 2 ਚਮਚ ਆਪਾਂ ਲੈ ਨੇ ਬੇਸਣ ਦੇ ਅਤੇ ਸਿਰਫ 3 ਚਮਚ ਇਹਦੇ ਵਿੱਚ ਲੱਗਣਗੇ ਘਿਓ ਦੇ। ਅਤੇ ਪਹਿਲਾਂ ਆਪਾਂ ਪਾਵਾਂਗੇ ਪੈਨ ਦੇ ਵਿੱਚ 2 ਚਮਚ ਘਿਓ ਦੇ। ਹੁਣ ਆਪਾਂ ਪਾ ਦਾਂਗੇ ਬੇਸਣ, ਮੈਦਾ ਅਤੇ ਬੇਸਣ ਦੋਨਾਂ ਨੂੰ। ਹੁਣ ਇੱਥੇ ਆਪਾਂ ਇਹਨਾਂ ਨੂੰ ਭੁੰਨਣਾ ਹੋਇਆ। ਮੀਡੀਆ ਵੀ ਰੱਖਣਾ ਚੰਗੀ ਤਰ੍ਹਾਂ ਭੁੰਨਣਾ, ਕੱਚਾ ਨਹੀਂ ਰੱਖਣਾ ਹੈਗਾ। ਜਦੋਂ ਫਿਰ ਪਾ ਕੇ ਰੈਸਪੀ ਬਣਾਵਾਂਗੇ ਤਾਂ ਫਿਰ ਉਹਦੇ ਵਿੱਚ ਕੱਚੇ ਪਾਉਣ ਦਾ ਟੇਸਟ ਆਏਗਾ। ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ। ਅਤੇ ਨਾਲ ਹੀ ਤੁਹਾਨੂੰ ਰਿਕੁਐਸਟ ਹੈ, ਜੇ ਤੁਸੀਂ ਮੇਰੇ ਇਸ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਮਿਲੇ। ਅਤੇ ਲਾਸਟ ਜੋ ਆਪਣਾ 1 ਚਮਚ ਰਹਿੰਦਾ ਸੀ ਉਹ ਪਾ ਦਾਂਗੇ। ਵੀਡੀਓ ਪਸੰਦ ਆਈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਲੱਗੀ। ਅਤੇ ਤੁਸੀਂ ਵੀ ਦੀਵਾਲੀ 'ਤੇ ਜ਼ਰੂਰ ਟਰਾਈ ਕਰਿਓ ਮਿਠਾਈ ਖਾਣ ਦੇ ਵਿੱਚ। ਛੋਟੇ ਹੁੰਦੇ ਸੀ ਨਾ ਆਪਾਂ ਦੁਕਾਨਾਂ 'ਚ ਖਾਂਦੇ ਹੁੰਦੇ ਸੀ, ਪਤੀਸਾ ਵੀ ਕਹਿੰਦੇ ਹੁੰਦੇ ਸੀ ਇਹਨੂੰ, ਪੈਕਟਾਂ ਦੇ ਵਿੱਚ ਬੰਦ ਮਿਲਦਾ ਸੀ। ਅਤੇ ਤੁਸੀਂ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਬਹੁਤ ਪਸੰਦ ਆਵੇਗੀ। ਆਹ ਦੇਖੋ ਬਸ ਲਗਾਤਾਰ ਹਿਲਾਉਂਦੇ ਹੋਏ ਇਸ ਤਰ੍ਹਾਂ ਭੁੰਨੀ ਜਾਣਾ, ਵਿੱਚ ਗੱਠਾ ਬਣਨਗੇ ਉਹਨਾਂ ਨੂੰ ਇਸ ਤਰ੍ਹਾਂ ਚਮਚੇ ਦੇ ਨਾਲ ਵਿੱਚ ਹੀ ਮਿਕਸ ਕਰਦੇ ਜਾਣਾ। ਦੇਖੋ ਲੋ ਮੀਡੀਅਮ ਫਲੇਮ 'ਤੇ ਤਕਰੀਬਨ ਆਪਾਂ ਨੂੰ 10 ਤੋਂ 12 ਮਿੰਟ ਲੱਗ ਜਾਂਦੇ ਨੇ ਭੁੰਨਣ ਲਈ। ਬਹੁਤ ਹੀ ਵਧੀਆ ਸੌਂਦੀ ਸੌਂਦੀ ਜੀ ਸਮੈਲ ਆਉਣ ਲੱਗ ਜਾਂਦੀ ਹੈ ਦੋਨਾਂ ਚੀਜ਼ਾਂ 'ਚੋਂ। ਦੇਖੋ ਬਸ ਲਗਾਤਾਰ ਹਿਲਾਉਂਦੇ ਰਹਿਣਾ ਅਤੇ ਭੁੰਨਦੇ ਰਹਿਣਾ। ਬਹੁਤ ਹਲਕਾ ਹੋ ਜਾਂਦਾ ਮਿਕਸ ਆ ਜਿਹੜਾ ਜਿਉਂ ਜਿਉਂ ਆਪਾਂ ਇਹਨੂੰ ਭੁੰਨੀ ਜਾਂਦੇ ਹਾਂ। ਅਤੇ ਹੁਣ ਆਪਾਂ ਬਣਾਵਾਂਗੇ ਚਾਸ਼ਨੀ। ਚਾਸ਼ਨੀ ਦੇ ਲਈ ਆਪਾਂ ਪਾਵਾਂਗੇ 1 ਕੱਪ ਚੀਨੀ ਦਾ ਅਤੇ ਉਹਦਾ 1 ਤਿਹਾਈ ਕੱਪ ਪਾਵਾਂਗੇ ਪਾਣੀ ਦਾ। ਅਤੇ ਵਿੱਚ ਕਰ ਦਾਂਗੇ ਲੈਮਨ ਸਕੁਇਜ਼। ਆਪਾਂ ਇਹਨੂੰ ਪਕਾਵਾਂਗੇ ਚਾਸ਼ਨੀ ਨੂੰ। ਇਹਦੀ ਆਪਾਂ ਚਾਸ਼ਨੀ ਵੀ ਤਿਆਰ ਕਰਨੀ ਹੁੰਦੀ ਹੈ ਜਿੱਦਾਂ ਵੈਸੇ ਹੁੰਦੀ ਹੈ ਸੇਮ ਉਸੇ ਤਰ੍ਹਾਂ ਆਪਾਂ ਇਹਨੂੰ ਤਿਆਰ ਕਰਨਾ। ਦੇਖੋ ਗੈਸ ਦੀ ਫਲੇਮ ਸਟਾਰਟਿੰਗ 'ਚ ਤੁਸੀਂ ਹਾਈ ਰੱਖ ਸਕਦੇ ਹੋ। ਦੇਖੋ ਇੱਥੇ ਤੁਸੀਂ ਇਹਨੂੰ ਚੈੱਕ ਕਰਦੇ ਰਹਿਣਾ ਬਾਰ ਬਾਰ, ਪਾਣੀ 'ਚ ਕੌਲੀ ਲੈ ਲੈਣੀ, ਕੌਲੀ ਦੇ ਵਿੱਚ ਪਾਣੀ ਪਾ ਕੇ ਫਿਰ ਉਹਦੇ ਵਿੱਚ ਪਾ ਕੇ ਇਹਨੂੰ ਚੈੱਕ ਕਰਨਾ। ਹਾਂ ਦੇਖੋ ਆਪਾਂ ਨੂੰ ਥੋੜ੍ਹਾ ਜਿਹਾ ਮਿਕਸ ਲਿਆ। ਹਜੇ ਚਾਸ਼ਨੀ ਆਪਣੀ ਤਿਆਰ ਨਹੀਂ ਹੈਗੀ, ਫਿਰ ਵੀ ਆਪਾਂ ਚੈੱਕ ਕਰਾਂਗੇ। ਆਹ ਦੇਖੋ ਆਪਾਂ ਵਿੱਚ ਪਾਉਣ ਅਤੇ ਉਹ ਖਿੰਡਰ ਜੀ ਗਈ। ਆਪਾਂ ਨੂੰ ਇੱਕੋ ਦੀ ਗੋਲੀ ਬਣਨੀ ਚਾਹੀਦੀ ਹੈ, ਇਸ ਤਰੀਕੇ ਦੀ ਚਾਹੀਦੀ ਹੈ ਚਾਸ਼ਨੀ। ਦੁਬਾਰਾ ਤਾਂ ਫਿਰ ਆਪਾਂ ਚੈੱਕ ਕਰਾਂਗੇ। ਹਾਂ ਪਹਿਲਾਂ ਨਾਲੋਂ ਥਿੱਕ ਤਾਂ ਹੋ ਗਈ ਆ, ਹਜੇ ਵੀ ਪਰਫੈਕਟ ਨਹੀਂ ਹੈਗੇ। ਆਹ ਦੇਖੋ ਇਕੱਠੀ ਤਾਂ ਹੋ ਰਹੀ ਹੈ ਪਰ ਆਪਾਂ ਨੂੰ ਗੋਲੀ ਬਣਨੀ ਚਾਹੀਦੀ ਉਸ ਤਰ੍ਹਾਂ ਦੀ ਚਾਹੀਦੀ ਹੈ। ਇਸ ਤਰ੍ਹਾਂ ਦੀ ਹੋਵੇਗੀ ਆ ਅਤੇ ਇਹਨੂੰ ਆਪਾਂ ਹੋਰ ਪਕਾਵਾਂਗੇ। ਅਤੇ ਸੇਮ ਇੱਦਾਂ ਦੇ ਨਾਲ ਚੈੱਕ ਕਰਨੀ ਹੁਣ ਕਿੰਨੀ ਘੱਟ ਜਗ੍ਹਾ ਲਈ ਆ। ਦੇਖੋ
हम बस वो ठीक है। तो आप कर चाहिए देखो, मैं तुम दोबारा देखो बहुत चक्कर बनी है, हम कितने भी फैल नहीं रहे, जिथे आप पाई उतें ही रुकिया। देखो सेम इस तरह ही आप चाहिए है, तो कलर भी बहुत सोहना आ गया। ਅਤੇ ਤੁਸੀਂ ਗੈਸ ਦੀ ਫਲੇਮ ਨੂੰ ਮੀਡੀਅਮ ਹੀ ਰੱਖਣੀ ਹੈਗੀ। ਪਹਿਲਾਂ ਚਾਸ਼ਨੀ ਨੂੰ ਇੱਕ ਵਾਰੀ ਚੀਨੀ ਹਾਈ ਫਲੇਮ 'ਤੇ ਘੋਲ ਲਿਓ। ਹੁਣ ਇੱਥੇ ਤੁਸੀਂ ਕੋਈ ਵੀ ਜੇ ਤੁਹਾਡੇ ਕੋਲ ਸਿਲੀਕੋਨ ਜਿੱਦਾਂ ਟ੍ਰੇ ਹੁੰਦੀ ਆ, ਮੈਟ ਹੁੰਦਾ ਜੇ ਉਹ ਹੈਗਾ ਤਾਂ ਤੁਸੀਂ ਉਹ ਯੂਜ਼ ਕਰ ਸਕਦੇ, ਨਹੀਂ ਤੁਸੀਂ ਸੈਲਫ ਵੀ ਯੂਜ਼ ਕਰ ਸਕਦੇ। ਸੈਲਫ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਿਓ ਅਤੇ ਸਾਰਾ ਮਿਕਸ ਅਪ ਉਹ ਪਾ ਲਾਂਗੇ, ਕਿਉਂਕਿ ਸੈਲਫ ਠੰਡੀ ਹੁੰਦੀ ਆ ਅਤੇ ਮਿਕਸ ਜ਼ਿਆਦਾ ਠੰਡਾ ਜਲਦੀ ਹੋ ਜਾਂਦਾ, ਕਿਉਂਕਿ ਜ਼ਿਆਦਾ ਦੇਰ ਆਪ ਇਹਨੂੰ ਰੱਖ ਨਹੀਂ ਸਕਦੇ ਕਿਉਂਕਿ ਫਿਰ ਜੰਮ ਜਾਏਗਾ। ਆਹ ਦੇਖੋ ਇਹ ਰੈਸਪੀ ਥੋੜ੍ਹੀ ਜਿਹੀ ਹੈ ਤਾਂ ਟ੍ਰਿਕੀ ਹੋਈ ਆ, ਕਿਉਂਕਿ ਮੈਂ ਵੀ ਤੁਹਾਡੇ ਨਾਲ ਇਹ ਪਹਿਲਾਂ ਮੈਂ ਖੁਦ 3 ਤੋਂ 4 ਵਾਰ ਸ਼ੇਅਰ ਕੀਤੀ ਹੈ, ਫਿਰ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਇਹ ਰੈਸਪੀ। ਆਹ ਦੇਖੋ ਇਸੇ ਤਰ੍ਹਾਂ ਆਪਾਂ ਸਪੈਚੁਲਾ ਦੇ ਨਾਲ, ਆ ਦੇਖੋ ਮੈਂ ਇਹਨੂੰ ਬਿਲਕੁਲ ਹੁਣ ਹੱਥਾਂ ਦੇ ਵਿੱਚ ਆ ਗਿਆ, ਪਰ ਹੈ ਹਜੇ ਵੀ ਥੋੜ੍ਹਾ ਜਿਹਾ ਗਰਮ ਆ, ਪਰ ਆਪਾਂ ਇਹਨੂੰ ਇਸੇ ਤਰ੍ਹਾਂ ਕਰਨਾ। ਦੇਖੋ ਇੱਕ ਦੇ ਉੱਪਰ ਐਂ ਤੈਂ ਰੱਖਦੇ ਜਾਣਾ, ਇਹਦੇ ਨਾਲ ਇਹਦੇ ਵਿੱਚ ਜੋ ਲੇਅਰਾਂ ਨੇ ਉਹ ਬਣ ਗਈਆਂ। ਇਸ ਤਰ੍ਹਾਂ ਖਿੱਚਣਾ, ਕਲਰ ਦੇਖੋ ਪਹਿਲਾਂ ਕਿੰਨਾ ਸੀ ਲਾਈਟ ਹੋਈ ਜਾਣਾ ਕਲਰ, ਜਿਉਂ ਜਿਉਂ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ। ਦੇਖੋ ਪਹਿਲਾਂ ਨਾ ਕਲਰ ਦਾ ਦੇਖੋ ਕਿੰਨਾ ਫਰਕ ਪਈ ਜਾਂਦਾ। ਦੇਖੋ ਇਹਨੂੰ ਕਰਕੇ ਅਤੇ ਹੁਣ ਆਪਾਂ ਇੱਕ ਇਹਦਾ ਰੋਲ ਬਣਾਵਾਂਗੇ। ਤਕਰੀਬਨ ਜਿਹੜਾ ਉਹ ਪ੍ਰੋਸੈਸ ਹੈਗਾ ਉਹ ਤੁਸੀਂ ਘੱਟੋ ਘੱਟ 20 ਵਾਰ ਕਰਨਾ। ਆਹ ਦੇਖੋ ਇਸ ਤਰ੍ਹਾਂ ਰੋਲ ਬਣਾ ਲਿਆ। ਆਹ ਆਪਣਾ ਮੈਦੇ ਅਤੇ ਬੇਸਣ ਵਾਲਾ ਮਿਕਸ ਆਪਾਂ ਬੜੀ ਪ੍ਰਾਂਤ 'ਚ ਪਾ ਲਿਆ ਅਤੇ ਹੁਣ ਇਹ ਰੋਲ ਨੂੰ ਆਪਾਂ ਇਹਦੇ 'ਤੇ ਮਿਕਸ ਕਰਨਾ। ਦੇਖੋ ਇਸ ਤਰ੍ਹਾਂ ਇਹ ਹੁਣ ਜਿਹੜਾ ਰੋਲ ਬਣਾਇਆ ਇਹਨੂੰ ਆਪਾਂ ਟੁੱਟਣ ਨਹੀਂ ਦੇਣਾ ਹੈਗਾ, ਤੁਸੀਂ ਧਿਆਨ ਦੇ ਨਾਲ ਇਹਨੂੰ ਖਿੱਚਣਾ ਅਤੇ ਇਸੇ ਤਰ੍ਹਾਂ ਜੋ ਆਪਾਂ ਮੈਦਾ ਅਤੇ ਬੇਸਣ ਦਾ ਮਿਕਸ ਤਿਆਰ ਕੀਤਾ ਇਹਦੇ ਵਿੱਚ ਮਿਕਸ ਕਰਦੇ ਜਾਣਾ। ਆਹ ਦੇਖੋ ਤੁਸੀਂ ਦੇਖੋ ਆਪਣੇ ਜੋ ਲੱਛੇ ਨੇ ਉਹ ਬਣਨੇ ਤਿਆਰ ਹੋ ਗਏ ਆ। ਬਸ ਇਹ ਖਾਸ ਧਿਆਨ ਰੱਖਣਾ ਜਿਹੜਾ ਤੁਸੀਂ ਇਹ ਰੋਲ ਆ ਉਹਨੂੰ ਇਸ ਤਰੀਕੇ ਨਾਲ ਹੌਲੀ ਹੌਲੀ ਖਿੱਚਣਾ, ਜ਼ਿਆਦਾ ਜ਼ੋਰ ਨਾਲ ਨਹੀਂ ਖਿੱਚਣਾ ਹੈਗਾ ਅਤੇ ਵੀ ਉਹ ਟੁੱਟੇ ਨਾ। ਹਾਂ ਦੇਖੋ ਇਸ ਤਰੀਕੇ ਨਾਲ ਇਹਨੂੰ ਮਲਦੇ ਜਾਣਾ ਚੰਗੀ ਤਰ੍ਹਾਂ ਮਲਣਾ। ਇਸ ਤਰ੍ਹਾਂ ਹੌਲੀ ਹੌਲੀ ਬਸ ਦੇਖੋ ਲੱਛੇ ਦੇਖੋ ਕਿੰਨੇ ਬਣ ਰਹੇ ਨੇ ਤੁਹਾਡੇ ਸਾਹਮਣੇ। ਮੈਂ ਕੁਛ ਵੀ ਇਹਦੇ ਵਿੱਚੋਂ ਸਕਿੱਪ ਨਹੀਂ ਕੀਤਾ ਹੈਗਾ, ਮੈਂ ਤੁਹਾਨੂੰ ਸਾਰਾ ਦਿਖਾ ਰਹੀ ਹਾਂ ਵੀ ਹਾਂ ਤੁਸੀਂ ਪਰਫੈਕਟ ਰੈਸਪੀ ਤਿਆਰ ਕਰ ਸਕੋ। ਆਹ ਦੇਖੋ ਬਸ ਮਿਕਸ ਨੂੰ ਉੱਪਰ ਮਲਦੇ ਰਹਿਣਾ ਚੰਗੀ ਤਰ੍ਹਾਂ। ਮਿਕਸ ਫਿਰ ਜਿੱਥੇ ਤੱਕ ਹੋਊਗਾ ਖਿੱਚ ਹੋਊਗਾ ਉੱਥੇ ਤੱਕ ਹੀ ਆਪਾਂ ਲਗਾਵਾਂਗੇ, ਜ਼ਿਆਦਾ ਉਹ ਜ਼ੋਰ ਨਾਲ ਨਹੀਂ ਕਰਨਾ ਕਿਉਂਕਿ ਫਿਰ ਆਪਣਾ ਸਾਰਾ ਰੋਲ ਖਰਾਬ ਹੋ ਜਾਏਗਾ। ਦੇਖੋ ਲੱਛੇ ਦੇਖੋ ਕਿੰਨੇ ਵਧੀਆ ਬਣ ਗਏ। ਦੇਖੋ ਹੌਲੀ ਹੌਲੀ ਬਸ ਦੇਖੋ ਤਰੀਕੇ ਦੇ ਨਾਲ ਆਪਾਂ ਇਹਦੇ ਬੇਸਣ ਅਤੇ ਮੈਦਾ ਮਲੀ ਜਾਣਾ। ਦੇਖੋ ਮੈਂ ਸਾਰਾ ਲਾ ਲਿਆ ਅਤੇ ਇਸ ਤੋਂ ਵੱਧ ਨਹੀਂ ਲੱਗ ਰਿਹਾ, ਅਤੇ ਜੇ ਤਾਂ ਤੁਸੀਂ ਇਹਦੇ ਵਿੱਚ ਹੈਲਪ ਲੈ ਸਕਦੇ ਤਾਂ ਘਰ ਦੇ ਕਿਸੇ ਹੋਰ ਮੈਂਬਰ ਦੀ ਹੈਲਪ ਵੀ ਲੈ ਸਕਦੇ। ਵੈਸੇ ਮੈਂ ਤਾਂ ਇਕੱਲੀ ਨੇ ਕੀਤਾ ਸੀ ਅਤੇ ਆਹ ਮੈਂ
गार्निश ले लिया पिस्ता, तो आ मेरे को कप मोल, तो मैं इन्हों के इन्हों शेप दूंगी। आ देखो थोड़ा थोड़ा पिस्ता पा देंगे, बाकी तुसी कोई भी घर की कौली गिलास कोई भी ला सकते हो, इनू पा के सैट कर सकते हो, नाल दी नाल सैट शेप पकड़ लेंदा है। आ देखो इस तरह आप लवेंगे रोल, आ देखो इस तरह बना लाँगे इन। आलो थोड़े उपरों कर दो प्रेस, मैं सारे फिल कर लिया, तो हम मैं तेन कढ़ के दिखानी है। हम देखो कितना वधिया लग रहा, कोई कह सकता भी ये आप घर दे विच बनाई है। आ देखो बिल्कुल बाजार वर्गी लोग ही, उम्मीद कर दी तुम्हें मेरी वीडियो पसंद आई होगी। प्लीज़ लाइक शेयर तो चैनल में जरूर सबसक्राइब करो, मिलते हैं एक होर नवी रेसिपी के नाल, तब तक दे बाय बाय गाइज, थैंक यू फॉर वॉचिंग।